ਨਮਸਕਾਰ ਤੇ ਸਤਿ ਸ੍ਰੀ ਅਕਾਲ ਵੀਰੋ। ਹੋਮ ਗਾਰਡਾਂ ਦੇ ਜਵਾਨਾਂ ਨੇ ਇੰਨਾ ਸਹਿਯੋਗ ਕੀਤਾ, ਇੰਨਾ ਉਹਨਾਂ ਨੇ ਸਾਡੇ ਨਾਲ ਸਹਿਯੋਗ ਕੀਤਾ ਕਿ ਸਾਨੂੰ ਉਹਨਾਂ ਬਾਰੇ ਤੀਜੀ ਵੀਡੀਓ ਵੀ ਬਣਾਉਣੀ ਪਈ। ਨਮਸਕਾਰ ਤੇ ਸਤਿ ਸ੍ਰੀ ਅਕਾਲ ਵੀਰੋ। ਹੋਮ ਗਾਰਡਾਂ ਦੇ ਜਵਾਨਾਂ ਲਈ ਤੀਸਰੀ ਵੀਡੀਓ ਤਿਆਰ ਹੈ ਜੀ। ਉਹਨਾਂ ਦਾ ਸਵਾਲ ਸੀਗਾ ਜੀ, ਕਮੈਂਟ ਬਾਕਸ 'ਚ ਕਮੈਂਟ ਭਰ ਗਏ ਵੀ ਸਵਾਲ ਆਇਆ ਵੀ ਕਿੰਨੀ ਕੁ ਸੈਲਰੀ ਸਾਡੀ ਹੋ ਜਾਏਗੀ ਸਰ, ਸਾਨੂੰ ਪਤਾ ਲੱਗਣਾ ਚਾਹੀਦਾ ਵੀ ਜਿਹੜਾ ਭਾਰਤ ਸਰਕਾਰ ਨੇ ਅਤੇ ਜਿਹੜਾ ਗਿਫਟ ਦਿੱਤਾ ਸੀ ਅਤੇ ਪਰ ਪੰਜਾਬ ਸਰਕਾਰ ਕੈਪਟਨ ਸਰਕਾਰ ਨੇ ਜਿਹੜਾ ਹੋਲੀ ਦੇ ਮੌਕੇ 'ਤੇ ਅਨਾਊਂਸ ਕੀਤਾ ਕਿੰਨੀ ਕੁ ਸੈਲਰੀ ਹੋ ਜਾਏਗੀ। ਪੂਰੀ ਅਪਡੇਟ ਸਿਰਫ ਮੈਜਿਕ ਬੇਲੀਆਂ ਚੈਨਲ 'ਤੇ, ਇਸੇ ਕਰਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨਾਲ ਪ੍ਰੈਸ ਬੈਲ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਅਤੇ ਨਾਲ ਨਾਲ ਦੱਸ ਦਈਏ ਸਾਡੀ ਪੰਜਾਬੀ ਅਪਲੋਡਡ ਦੀ ਹਰ ਤਰ੍ਹਾਂ ਦੀ ਵੀਡੀਓ ਆਉਂਦੀ ਹੈ ਜੀ, ਗਾਣਿਆਂ ਦੀ ਹੋਵੇ, ਪੰਜਾਬੀ ਦੀ ਕੋਈ ਵੀ ਨਿਊਜ਼ ਹੋਵੇ, ਕਿਸੇ ਤਰ੍ਹਾਂ ਦੀ ਵੀ ਅਪਲੋਡ ਲਈ ਮੈਜਿਕ ਪਹੇਲੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖਿਓ। ਅਤੇ ਅੱਜ ਅਪਡੇਟ ਹੈਗੀ ਹੈ ਜੀ ਹੋਮ ਗਾਰਡ ਦੇ ਜਵਾਨਾਂ ਦੀ। ਹੋਮ ਗਾਰਡਾਂ ਦੇ ਜਵਾਨਾਂ ਲਈ ਬੜੀ ਚੰਗੀ ਖਬਰ ਹੈ ਜੀ, ਪੰਜਾਬ ਸਰਕਾਰ ਨੇ ਉਹਨਾਂ ਦਾ ਵੇਤਨ ਬੜਾ ਦੇਣਾ ਜੀ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਜਿੰਨਾ ਵੀ DADUA 7 ਮਹੀਨੇ ਦਾ ਜਿਹੜਾ ਬਕਾਇਆ ਸੀ ਉਹ ਲੱਗ ਜਾਣਾ, ਕਿਉਂਕਿ ਹੋਮ ਗਾਰਡ ਦੇ ਜਵਾਨ ਪੁਲਿਸ ਦੇ ਜਵਾਨਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜ੍ਹੇ ਨੇ, ਹਰ ਟਾਈਮ ਹਰ ਜਗ੍ਹਾ 'ਤੇ ਅੜੇ ਨੇ। ਅਤੇ ਤੁਹਾਨੂੰ ਦੱਸ ਦਈਏ ਪੂਰੀ ਅਪਡੇਟ ਸਿਰਫ ਮੈਜਿਕ ਬੇਲੀਆਂ ਚੈਨਲ 'ਤੇ, ਕਿਉਂਕਿ ਰਾਜਸਥਾਨ ਸਰਕਾਰ ਨੇ ਸਿਰਫ 694 ਰੁਪਈਏ ਵਧਾਏ ਹਨ ਜੀ, ਪਰ ਇਹ ਅਪਡੇਟ ਆਪਾਂ ਪੰਜਾਬ ਦੀ ਦੇ ਰਹੇ ਹਾਂ, ਪੰਜਾਬ 'ਚ ਤਨਖਾਹ ਜ਼ਿਆਦਾ ਹੀ ਆਏਗੀ। ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ UP ਸਰਕਾਰ ਨੇ ਵੀ 592 ਰੁਪਏ ਦੀ ਬੜੋਤਰੀ ਕੀਤੀ ਹੈ ਜੀ ਹੋਮ ਗਾਰਡਾਂ ਦੀ ਤਨਖਾਹ ਵਿੱਚ, ਪਰ ਹਰਿਆਣਾ ਅਤੇ ਦਿੱਲੀ ਨੇ ਕਾਫੀ ਬੜੋਤਰੀਆਂ ਕੀਤੀਆਂ ਨੇ। ਇਹਨਾਂ ਨੂੰ ਦੇਖ ਕੇ ਪੰਜਾਬ ਸਰਕਾਰ ਨੂੰ ਵੀ ਜ਼ਿਆਦਾ ਬੜੋਤਰੀ ਕਰਨੀ ਪਏਗੀ, ਕਿਉਂਕਿ ਪੰਜਾਬ ਸਰਕਾਰ ਨੇ ਪੂਰੀ ਅਪਡੇਟ ਨਹੀਂ ਦਿੱਤੀ ਵੀ ਕਿੰਨੀ ਬੜੋਤਰੀ ਕਰਾਂਗੇ, ਪਰ ਤੁਹਾਨੂੰ ਦੱਸ ਦਈਏ ਹਰਿਆਣਾ ਸਰਕਾਰ ਨੇ ਬੜੋਤਰੀ ਕੀਤੀ ਹੈ ਜੀ 9400 ਰੁਪਈਏ ਉਹਨਾਂ ਦਾ ਵੇਤਨ। ਪਹਿਲਾਂ 18000 ਰੁਪਈਆ ਸੀ ਹੋਮ ਗਾਰਡਾਂ ਦੇ ਜਵਾਨਾਂ ਦਾ, ਅਤੇ ਹੁਣ 27400 ਰੁਪਈਆ ਹੋ ਗਿਆ। ਅਤੇ ਇੱਦਾਂ ਹੀ ਦਿੱਲੀ ਸਰਕਾਰ ਨੇ 18000 ਰੁਪਏ ਦੀ ਬੜੋਤਰੀ ਕੀਤੀ ਹੈ, ਉੱਥੇ 36000 ਰੁਪਏ ਤੋਂ ਉੱਤੇ ਵੇਤਨ ਹੋ ਚੁੱਕਾ ਜੀ ਹੋਮ ਗਾਰਡਾਂ ਦੇ ਜਵਾਨਾਂ ਦਾ। ਪੰਜਾਬ ਸਰਕਾਰ ਵੀ ਸੋਚ ਰਹੀ ਹੈ ਵੀ 4 ਤੋਂ 5000 ਦੇ ਕਰੀਬ ਵੇਤਨ ਬਣਾਇਆ ਜਾਏ, ਅਤੇ ਇਸ ਕਰਕੇ ਹੋਮ ਗਾਰਡਾਂ ਦੇ ਜਵਾਨਾਂ ਦੀ ਪੰਜਾਬ 'ਚ ਵੀ ਹੋ ਜਾਣੀ ਹੈ ਬੱਲੇ ਬੱਲੇ। ਅਤੇ ਮਿਲਾਂਗੇ ਆਪਾਂ ਨਵੀਂ ਵੀਡੀਓ 'ਚ, ਤਦ ਤੱਕ ਲਈ ਨਮਸਕਾਰ ਸਤਿ ਸ਼੍ਰੀ ਅਕਾਲ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਹੋਮ ਗਾਰਡਾਂ ਦੇ ਜਵਾਨਾਂ ਨੂੰ ਸ਼ੇਅਰ ਕਰੋ, ਅਤੇ ਪੰਜਾਬੀ ਦੀ ਕੋਈ ਵੀ ਅਪਡੇਟ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ।